ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕਮ। ਉਮੀਦ ਕਰਦੇ ਜੀ ਸਾਰੇ ਭਰਾ ਠੀਕ ਠਾਕ ਹੋਣਗੇ। ਤੇ ਅਸੀਂ ਗੁਜ਼ਰਦੇ ਪਏ ਸੀ ਤਾਇਆ ਜੀ ਦੀ ਬੱਕਰੀ ਤੇ ਰਸੌਲੀ ਸੀ ਜੀ, ਤੇ ਆਂਦੇ ਵੇਖ ਕਾਕਿਆਂ ਨੂੰ ਕੀ ਗੱਲ ਆ। ਮੈਂ ਚਲੋ ਵੇਖ ਲੈਨੇ ਆ, ਹੋਰ ਵੀ ਭਾੜੂ ਬਿਮਾਰ ਸੀ ਇਹਨਾਂ ਦੇ ਬੱਕਰੀਆਂ ਬੱਕਰੇ, ਨਜ਼ਲਾ ਜ਼ੁਕਾਮ ਸਿੰਡੀ ਵਗੈਰਾ ਹੋਈ ਹੋਈ ਸੀ, ਤੇਜ਼ ਬੁਖਾਰ ਸੀਗਾ। ਤੇ ਇਹਨਾਂ ਪੁੱਛਦੇ ਦੇਸੀ ਟੋਟਕਾ ਕੀ ਕਰਦੇ ਆ, ਫਿਰ ਤੁਹਾਨੂੰ ਬਲੈਤੀ ਟੋਟਕਾ ਦੱਸਦੇ ਦਵਾਈ ਦਾਰੂ ਦਾ ਵੀ ਟੀਕਿਆਂ ਦੇ ਵਿੱਚ ਇਹਦਾ ਕੀ ਇਲਾਜ ਹੁੰਦਾ ਦੇਸੀ ਪਹਿਲੇ ਤਾਇਆ ਹੁਣਾਂ ਨੂੰ ਪੁੱਛਦੇ। ਅਸਲਾਮ ਅਲੈਕਮ ਤਾਇਆ, ਕੀ ਹਾਲ ਚਾਲ ਆ? ਹੋਰ ਜੀ ਠੀਕ ਹੋ? ਤਾਇਆ ਰਸੌਲੀ ਬਣੀ ਆ, ਕਦੋਂ ਦੀ ਬਣੀ ਆ? ਇਹਨੂੰ ਤਾਂ ਹੋ ਚੱਲਿਆ ਮਹੀਨਾ। ਅੱਛਾ, ਤਾਂ ਦੇਸੀ ਇਲਾਜ ਤੁਸੀਂ ਕੀ ਕਰਦੇ ਹੋ? ਟੀਕੇ ਤਾਂ ਸਾਡੇ ਕੋਲ ਤਾਂ ਹੁੰਦੇ ਹੀ ਆ। ਇਲਾਜ ਦਾ ਇਹ ਹੀ ਆ ਵੀ ਸਾਬਣ ਤੇ ਕਾਲੀ ਤਵਾ ਲੈ ਕੇ ਉਹਦੇ ਕਾਲਕ ਨਾਲ ਉੱਤੇ ਲਾ ਦਿਓ ਤੇ ਇਹ ਆਕੜ ਦੀ ਜਾਂਦੀ ਤੇ ਫਿਰ ਜਾਂਦੀ। ਨਹੀਂ, ਕਾਲਕ ਆ ਜਿਹੜੀ ਉੱਤੇ ਸਾਬਣ ਉਹਦੇ ਉੱਤੇ ਲਾ ਕੇ ਉਹਨੂੰ ਖੁਰਚ ਲੈਣਾ ਸਵਾਰ ਕੇ, ਕਾਲਕ ਲਾ ਕੇ ਉਹ ਸਾਬਣ ਚ ਪਾ ਲੈਣੀ, ਮਿਕਸ ਕਰ ਲੈਣੀ ਸਵਾਰ ਕੇ, ਇੱਕ ਜਾਨ ਕਰ ਲੈਣੀ ਹੈ। ਗ੍ਰੀਸ ਬਣ ਜਾਂਦੀ ਹੈ। ਅੱਛਾ, ਗ੍ਰੀਸ ਦੀ ਤਰਫ ਉਹ ਉੱਤੇ ਲਾਈ ਗਈ। ਹਾਂ, ਤੇ ਉਹਨੇ ਕੜੇਵਾ ਦੇਣਾ ਤੇ ਫਿਸ ਜਾਣੀ, ਫਿਸ ਜਾਣੀ ਆ। ਅੱਛਾ, ਹੋਰ ਇਹਨੂੰ ਕੀ ਇਲਾਜ ਸੁਹਾਟ ਕੇ ਹੱਲ ਕੀ ਕਰਦੇ ਹੁੰਦੇ ਆ? ਹੋਰ ਬਸ ਇਹ ਹੀ ਆ, ਕਾਲਾ ਤੇਲ ਸਾਡੇ ਕੋਲ ਤੇ ਝਟਕਾ ਇਲਾਜ ਇਹ ਹੀ ਹੈ। ਠੀਕ ਹੋ ਗਿਆ ਜੀ, ਮਸ਼ੀਨਾਂ ਦਾ ਤੇਲ ਜਿਹੜਾ ਕਾਲਾ ਮਸ਼ੀਨ ਤੇ ਲਾਉਨੇ ਉਹ ਹੀ ਲਾ ਦੇਈਦਾ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਅੱਛਾ, ਉਸ ਤੋਂ ਬਾਅਦ ਆ ਸਿੰਡੀ ਸੁੰਡੀ ਨਜ਼ਲਾ ਜ਼ੁਕਾਮ ਬੁਖਾਰ ਤੇਜ਼ ਆ, ਤੁਸੀਂ ਆ ਦੇਸੀ ਟੋਟਕਾ ਦਾ ਕੀ ਕਰਦੇ ਹੁੰਦੇ ਆ? ਟੀਕੇ ਤਾਂ ਅਸੀਂ ਲਾਉਣੇ ਹੀ ਲਾਉਣੇ ਹੁੰਦੇ ਆ, ਤੁਸੀਂ ਆ ਦੇਸੀ ਟੋਟਕਾ ਕੀ ਕਰਦੇ ਹੁੰਦੇ? ਬਸ ਦੇਸੀ ਟੋਟਕਾ ਇਹ ਹੀ ਆ ਬਈ, ਕੋਈ ਨਾ ਕੋਈ ਸ਼ਾਇ ਮਤਲਬ ਹਲਦੀ ਦੇ, ਹਲਦੀ ਤੇ ਤੇਲ ਨੂੰ ਦੇਤਾ, ਤੇਲ ਦੇ ਤਾ ਮੱਖੀ ਰਾਗ ਪਾ ਦੇਤਾ, ਐਵੇਂ ਕਰਦੇ ਆ ਅਸੀਂ ਬੁਖਾਰ ਬਖੂਨ ਨੂੰ ਨਜ਼ਰੇ ਨੂੰ ਜ਼ਰੇ ਨੂੰ ਤੇਲ ਦੇਤਾ ਦਿੰਜ ਮਲਾ ਕੇ। ਹੋਰ ਇਹਦਾ ਹੱਲ ਕੀ ਕਰਦੇ ਨੇ? ਮੱਠੀ ਗੁੜ, ਮੱਠੀ ਗੁੜ, ਅੱਛਾ, ਸ਼ਈਆਂ ਰਲਾ ਕੇ ਅਸੀਂ ਇਹਨਾਂ ਨੂੰ ਦਿੰਨੇ ਤੇ ਠੀਕ ਹੋ ਜਾਂਦੀ, ਬੁਖਾਰ ਬਖੂਰ ਲੈ ਜਾਂਦਾ, ਨਜ਼ਲਾ ਨੂੰ ਸਿੱਧਾ ਹੋ ਜਾਂਦਾ, ਠੀਕ ਹੋ ਗਿਆ। ਸਹੀ ਆ। ਇਹ ਕਿੰਨੀਆਂ ਬੱਕਰੀਆਂ ਤਾਂ ਆ ਸਾਰੀਆਂ ਤੇਰੇ ਕੋਲੇ? ਸਾਡੇ ਕੋਲ ਹੈ 40-50 ਬੱਕਰੀ। 40-50 ਬੱਕਰੀਆਂ ਇਹ ਸ਼ੁਰੂ ਤੋਂ ਕਰਦੇ ਪਏ ਆ? ਹਾਂਜੀ, ਸ਼ੁਰੂ ਬਚਪਨ ਤੋਂ। ਅੱਛਾ, ਤਾਂ ਸ਼ੁਰੂ ਤੋਂ ਬਚਪਨ ਤੋਂ ਚਾਰਦਾ ਬੱਕਰੀਆਂ? ਹਾਂਜੀ ਹਾਂਜੀ, ਠੀਕ ਹੋ ਗਿਆ। ਕਿੰਨੀਆਂ ਬੱਕਰੀਆਂ ਸ਼ੁਰੂ ਕੀਤਾ ਤੇ ਕਿੰਨੀਆਂ ਇਸ ਟਾਈਮ? ਸਾਡੇ ਦਾ ਮਾਲ ਬੇਭਾਰ ਆ, ਸਾ 150-150 ਭਰੂ ਰਿਆ ਭੇਡਾਂ ਬੱਕਰੀਆਂ ਰਲ ਕੇ ਚਰਨੀਆਂ। ਅੱਛਾ ਅੱਛਾ ਅੱਛਾ, ਤੇ ਬੜਾ ਕਾਰੋਬਾਰ ਸੀ ਇਹ ਵੀ। ਜਿਹੜਾ ਆਹ ਬੱਕਰੀਆਂ ਦਾ ਸੂਆ ਹੁੰਦਾ, ਹਾਂਜੀ, ਉਹ ਬੱਕਰੂ ਬੱਕਰਾ ਜਿਹੜਾ ਹੁੰਦਾ ਉਹ ਕਿਹੜੇ ਟਾਈਮ ਛੱਡਣਾ ਚਾਹੀਦਾ, ਫਲ ਕਿਹੜੇ ਟਾਈਮ ਦੇ ਹੋਣੇ ਚਾਹੀਦੇ ਜਿਹੜੇ ਚੰਗੇ ਭਾਰੂ ਪਾਲ ਜਾਣ? ਅਸੀਂ ਤਾਂ ਜੀ ਮਤਲਬ ਕਿ ਜਿਹੜਾ ਇਹ ਹੁਣ ਸਿਆਲ ਦੇ ਵਿੱਚ ਲਵਾ ਦਈਏ ਤੇ ਉਹ ਸਿਆਲ 'ਚ ਠੰਡ 'ਚ ਗਿਆ ਤੇ ਉਹ ਮਰ ਗਿਆ। ਮਰ ਗਏ ਕਿਹੜੇ ਬੰਦੇ ਨੂੰ ਦੱਸੋ ਨਾ, ਕਿਹੜੇ ਮਹੀਨੇ ਕਰਾਉਣੀ ਚਾਹੀਦੀ ਹੈ? ਸੁਈਆਂ 10 ਮਹੀਨੇ। ਅੱਛਾ, ਇਹ ਸਿਆਲ 'ਚ ਹੋਈਆਂ 10 ਮਹੀਨੇ ਸੋ ਪਈ। ਅੱਛਾ, ਹੁਣ ਲੱਗੀਆਂ ਨੇ ਆ 4ਵਾਂ ਮਹੀਨਾ 5ਵੇਂ 'ਚ ਹੁਣ ਫਿਰ ਹੁਣ ਸ਼ੁਰੂ ਹੋ ਗਿਆ। ਅੱਛਾ ਅੱਛਾ ਅੱਛਾ, ਤੇ ਇਹ ਹੁਣ ਫਿਰ 10ਵੇਂ ਸੂ ਪੈਣੀ, 5 ਮਹੀਨੇ ਬਾਅਦ ਸੂ ਪੀਆਂ। ਹਾਂਜੀ, ਫਿਰ ਤੁਸੀਂ ਫਿਰ 5ਵੇਂ ਸਾਲ 'ਚ ਇੱਕ ਸੂਆ ਹੀ ਲੈਣੇ? ਦੋ ਲੈਣੇ। ਦੋ ਫਿਰ ਕਿਹੜੇ ਮਹੀਨੇ ਕਰਾਉਂ ਜੀ 10ਵੇਂ ਮਹੀਨੇ ਸੂ ਪੀਆਂ? ਅਸੂਕਤੇ, ਅਸੂਕਤੇ। ਅੱਛਾ, ਅਸੂਕਤੇ ਚੋਂ ਅਸੂਕਤ ਦੇ ਵਿੱਚ ਕਰਾਉਣੀਆਂ ਦੁਆਰਾ? ਹੈ ਹਾਂਜੀ, ਸਰਦੀ ਫਿਰ ਨਾ ਸੂਨੀਆਂ, ਫਿਰ 10ਵੇਂ ਮਹੀਨੇ ਸਿਆਲ ਕੱਢ ਕੇ ਸੂਨੀਆਂ, ਸਿਆਲ ਕੱਢਦੇ ਆ ਸਾਰੀ ਸੂ ਪੈਣੀ। ਦੁਆਰਾ ਫਿਰ ਕਰਨਾ ਚਾਹੀਦਾ, 10ਵੇਂ ਮਹੀਨੇ ਸੂ ਪੈਣੀ। ਹਾਂ, ਸਿਆਲ ਨਿਕਲ ਜੂ, ਹਾਂਜੀ, ਫਲ ਬਚ ਜਾਂਦਾ। ਠੀਕ ਹੋ ਗਿਆ। ਹੋਰ ਦੇਸੀ ਇਕਦਾਮਾਤ ਕੀ ਕਰਦੇ ਤੁਸੀਂ? ਹੋਰ ਇਹਨਾਂ ਨੂੰ ਕੀ ਕਰਨਾ ਵਾ, ਲਾਂਗੀ ਖਰਾਕ ਕੀ ਪਾਉਣੇ ਇਹਨਾਂ ਨੂੰ ਬਾਹਰ ਫਿਰਦੇ? ਲਾਂਗੀ ਯਾਰ ਕੀ ਤਾਂ ਉਂਝ ਹੀ ਰਗੜੀ ਗਈ, ਲਾਂਗੀ ਖਤਮ ਹੋ ਗਈ। ਅੱਛਾ, ਉਹ ਤੋਂ ਹਟ ਕੇ ਕੀ ਪਾ ਪੂਰੇ ਇਹਨਾਂ ਨੂੰ? ਹੁਣ ਘਾਹ ਪੱਠਾ ਜਿੱਥੇ ਵੀ ਛੱਡਤੀਆਂ, ਕਦੇ ਕਮਾਂ 'ਚ ਛੱਡਤੀਆਂ, ਕਦੇ ਖਾਲੇ ਬੰਨੇ ਛੱਡਤੀਆਂ, ਫਿਰ ਤੁਰ ਕੇ ਆਪਦਾ ਗੁਜ਼ਾਰਾ ਕਰਦੀਆਂ, ਰੱਜ ਜਾਂਦੀਆਂ। ਹੈ, ਰੱਜ ਜਾਂਦੀਆਂ। ਠੀਕ ਆ। ਇਹ ਕਿੰਨੀਆਂ ਬੱਕਰੀਆਂ? ਸਾਰੀਆਂ ਸੂਈਆਂ ਹੋਈਆਂ ਲੱਗਦਾ, ਮਾਸ਼ਾਅੱਲਾ ਜੀ। ਬਲ ਬਥੇਰੇ ਨੇ ਮਾਸ਼ਾਅੱਲਾ। ਚਲੋ ਅੱਲਾ ਸਾਲ ਮੈਂ। ਇਹ ਕਿਹੜੀ ਕਿਹੜੀ ਨਸਲ ਸਾਰੀ ਤਾਇਆ ਭਲਾ ਤੁਹਾਡੇ ਕੋਲੇ? ਅੰਮ੍ਰਿਤਸਰ ਦੀ। ਅੱਛਾ, ਅੰਮ੍ਰਿਤਸਰੀ ਬੀਤਲ ਆ? ਹੈ ਹਾਂਜੀ। ਆ ਵਿੱਚ ਨਾਗਰੇ ਨੂਗਰੇ ਵੀ ਫਿਰਦੇ? ਬੱਕਰੀ ਲਿਆ ਫੜ ਕੇ ਚੋਂ ਫਲਾਂ ਵਾਲੀ। ਸਹੀ, ਇੱਕ ਕਲਾਰ ਇੱਕ ਬੱਕਰੀ ਲਿਆ ਤਾਏ ਹੁਣੀ ਆ, ਇਹਦੇ ਵਿੱਚ 4 ਫਲ ਦਿੱਤੇ ਆ, ਚੋਂ ਫਲਾਂ ਵਾਲੀ ਲੈ ਕੇ ਆ, ਫਲ ਉਹਦੇ ਹਰੀ ਕਾਇਮ ਹੋਵੇ, ਠੀਕ ਠਾਕ ਭੱਜੇ ਫਿਰਦੇ ਆ। ਇਸ ਬੱਕਰੀ ਨੇ 4 ਫਲ ਦਿੱਤੇ ਤੇ ਆ ਦਰਗੀ ਆ ਜੀ, ਪਠੋਰੇ ਫੜ ਕੇ ਲਿਆ ਦੇ ਉਹ ਘਰ। ਅੱਛਾ, ਘਰ ਆ ਬੱਕਰੀ ਸੂਈ ਆ, ਦਰਗੀ ਜੀ ਆ,
ਤੇ ਇਹ ਤਾਏ ਹੁਣੀ ਆਂਦੇ ਨੇ ਚਾਰ ਫਲ ਦਿੱਤੇ ਮਾਸ਼ਾਅੱਲਾ। ਕਿੰਨੀਆਂ ਪੱਠਾਂ, ਕਿੰਨੇ ਬੱਕਰਾ? ਤਿੰਨ ਪੱਠਾ ਇੱਕ ਬੱਕਰਾ। ਅੱਛਾ ਅੱਛਾ, ਸੋਹਣੀ ਆ ਮਾਸ਼ਾਅੱਲਾ। ਰੱਜਦੇ ਨੇ ਤੁਹਾਨੂੰ ਮਾਸ਼ਾਅੱਲਾ ਪੂਰਾ? ਠੀਕ ਆ। ਤੇ ਸ਼ਾਮ ਨੂੰ ਘਰੇ ਜਾ ਕੇ ਦਾਣਾ ਸ਼ਾਣਾ ਪਾਉਣੇ ਇਹਨਾਂ ਨੂੰ? ਦਾਣਾ ਵੀ ਪਾਉਣੇ ਆ, ਬਥੇਰਾ ਕੁਝ ਕਰਨੇ ਆ। ਕੀ ਕੀ ਕਰਦੇ ਦੱਸੋ? ਹਾਂ, ਦਾਣੇ ਪਾਉਣੇ ਇਹਨਾਂ ਨੂੰ, ਦਲੀਆ ਬਣਾ ਕੇ ਜਾਂ ਮਤਲਬ ਕਿ ਭੇਂ ਕੇ, ਤੇ ਦੁਪਹਿਰੇ ਉਹ ਕੱਢ ਦਿੱਤੇ ਸੀ, ਸ਼ਾਮ ਨੂੰ ਉਹਨਾਂ ਨੂੰ ਸੁਕਾ ਕੇ ਪਾਤਾ। ਠੀਕ ਹੋ ਗਿਆ। ਕਰਦੇ ਇਹਨੂੰ ਕਿਧਰ ਲਾਇਆ ਵਿੱਚ? ਸਹੀ ਆ। ਇੱਕ ਬੱਕਰੀ ਅੱਧਾ ਕਿਲੋ ਪਾਉਣੇ ਆ, ਪਾਈਆ ਪਾਉਣੇ, ਪਿਆਲੀ ਪਾਉਣੇ, ਕਿੰਨਾ ਪਾਉਣੇ ਇੱਕ ਬੱਕਰੀ ਦਾ? ਇੱਕ ਪਿਆਲੀ। ਇੱਕ ਪਿਆਲੀ ਪਾਉਣੇ ਆ? ਠੀਕ ਹੋ ਗਿਆ। ਚਲੋ ਮਾਸ਼ਾਅੱਲਾ, ਸ਼ੁਗਰ ਵੇਖ ਕੇ ਤੁਹਾਡਾ ਅੱਛਾ ਲੱਗਿਆ ਸਾਹਮਣੇ।